बिस्मिल्लाहिर्रहमानिर्रहीम। अस्सलामु अलैकुम दोस्तो, उम्मीद करदा हां तुसीं सारे ठीक ठाक होवोगे ते अल्लाह पाक तुहाडे ते अपना खास फजल और रहम फरमाए। पाकिस्तान वाले और बाहर वाले मिठे खुश आमदीद, मैं तुहाडा अपना दोस्त शाहनवाज ते तुसीं देखदे पे हो मेरा यूट्यूब चैनल SN व्लॉग। ते अज नवीं गड्डियां ते नवीं वीडियो लै के मैं तुहाडे वास्ते आ गया वां। बड़ियां प्यारियां और अच्छियां गड्डियां वां, ਜਿਸ ਕਿਸੇ ਦੋਸਤ ਭਰਾ ਨੂੰ ਇਹ ਗੱਡੀਆਂ ਚਾਹੀਦੀਆਂ ਹੋਣ ਉਹ ਸਾਡੇ ਨਾਲ ਰਾਬਤਾ ਕਰਕੇ ਗੱਡੀਆਂ ਲੈ ਸਕੇਗਾ। ਅਤੇ ਗੱਡੀਆਂ ਬੜੀਆਂ ਪਿਆਰੀਆਂ ਵਾ, ਅਤੇ ਇਹਨਾਂ ਦੇ ਗੱਡੀਆਂ ਦੇ ਬਾਰੇ 'ਚ ਵੀ ਗੱਲ ਕਰਦੇ ਹਾਂ। ਕਾਫੀ ਸਾਰੇ ਦੋਸਤਾਂ ਦੀ ਇਹ ਡਿਮਾਂਡ ਸੀ ਕਿ ਯਾਰ ਕੋਈ ਨਾ 3500 ਮਜ਼ਦਾ ਹੋਵੇ, ਖਾਲੀ ਫਰੇਮ ਹੋਵੇ, ਉਹਦੇ ਉੱਤੇ ਬਾਡੀ ਅਸੀਂ 18 ਜਾਂ 16 ਫੁੱਟ ਖੁਦ ਬਣਾਉਣਾ ਚਾਹੁੰਦੇ ਹਾਂ, ਵੀ ਖਾਲੀ ਫਰੇਮ 'ਚ ਗੱਡੀ ਸਾਨੂੰ ਮਿਲ ਜਾਵੇ, ਥੋੜ੍ਹੇ ਮੁਨਾਸਿਬ ਰੇਟ 'ਤੇ ਮਿਲ ਜਾਵੇ, ਗੱਡੀ ਸਾਰੀ ਅੱਛੀ ਹੋਵੇ, ਫਰੇਮ ਉਹਦਾ ਬਣਿਆ ਹੋਵੇ, ਮੁਕੰਮਲ ਗੱਡੀ ਤਿਆਰ ਹੋਵੇ। ਲੇਕਿਨ ਕਾਫੀ ਸਾਰੇ ਦੋਸਤ ਆ ਇੱਥੇ, ਪੈਪਸੀ ਕੋਕ ਵਾਲਿਆਂ ਨਾਲ ਬੋਤਲਾਂ ਤੋਂ ਗੱਡੀਆਂ ਚੱਲਦੀਆਂ ਪਈਆਂ ਵਾ, ਬੋਤਲਾਂ ਵਾਲਾ ਉਹ 20 ਫੁੱਟ 18 ਫੁੱਟ ਫੱਟਾ ਬਣਦਾ ਵਾ ਫਰਸ਼ ਵਾਲਾ, ਉੱਤੇ ਗੱਡੀਆਂ ਸਾਡੇ ਦੋਸਤ ਆ ਉਹਨਾਂ ਨੇ ਲਾਈਆਂ ਹੋਈਆਂ। ਅਤੇ ਕਾਫੀ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਸੀ ਵੀ ਭਾਈ ਗੱਡੀ ਜਿਹੜੀ ਕੋਈ ਨਾ 3500 ਮਜ਼ਦਾ ਜਿਹੜਾ ਵਾ ਉਹ ਸਾਨੂੰ ਚਾਹੀਦਾ ਵਾ। ਅਤੇ ਗੱਡੀ ਮੈਂ 3500 ਮਜ਼ਦਾ ਤੁਹਾਡੇ ਵਾਸਤੇ ਲੈ ਕੇ ਆ ਗਿਆ ਵਾਂ। ਇਹ ਗੱਡੀ ਜਿਹੜੀ ਆ 3500 ਮਜ਼ਦਾ ਵਾ, ਪਹਿਲੇ ਗੱਡੀ ਚੈੱਕ ਕਰਦੇ ਹਾਂ, ਗੱਡੀ ਤੁਸੀਂ ਵੀਡੀਓ 'ਚ ਦੇਖ ਲੈਣੀ ਆ, ਫਿਰ ਇਹਦੇ ਮਾਡਲ 'ਤੇ ਅਤੇ ਇਹਦੀ ਡਿਮਾਂਡ 'ਤੇ ਆਪਾਂ ਗੱਲ ਜਿਹੜੀ ਆ ਉਹ ਕਰਦੇ ਹਾਂ। ਆਓ ਹੁਣ ਗੱਡੀ ਚੈੱਕ ਕਰਦੇ ਹਾਂ। ਗੱਡੀ ਤੁਸੀਂ ਦੇਖ ਲਈ ਆ, 3500 ਮਜ਼ਦਾ ਵਾ, ਵੀਡੀਓ 'ਚ ਗੱਡੀ ਤੁਸੀਂ ਚੈੱਕ ਕਰ ਲਈ ਆ, ਬੜੀ ਪਿਆਰੀ ਔਰ ਅੱਛੀ ਗੱਡੀ ਆ। ਇੰਜਣ ਇਹਦਾ ਓਕੇ ਬਾਈ ਓਕੇ ਆ, ਸਟੈਂਡਰਡ 'ਤੇ ਆ, ਜਪਾਨੀ ਇੰਜਣ ਆ ਇਹਦੇ ਅੰਦਰ 3500 ਮਜ਼ਦਾ, ਗੇਅਰ ਵੀ ਇਹਦਾ 3500 ਦਾ ਹੀ ਆ, ਅਤੇ ਟੋਟਲ ਗੱਡੀ ਜਿਹੜੀ ਹੈ 3500 ਆ, ਜੈਨੀਅਨ ਗੱਡੀ ਆ ਸਾਰੀ, ਫਰੇਮ ਇਹਦਾ ਸਾਫ਼ ਸੁਥਰਾ ਵਾ, ਨਵਾਂ ਬਣਿਆ ਹੋਇਆ, ਕਮਾਨੀਆਂ ਇਹਦੀਆਂ ਅੱਛੀਆਂ ਵਾ, ਕਿਸੇ ਕਿਸਮ ਦੀ ਕੋਈ ਇਹਦੇ 'ਚ ਕਮੀ ਪੇਸ਼ੀ ਕੋਈ ਨਹੀਂ ਗੀ, ਵੀ ਗੱਡੀ ਦਾ ਕੰਮ ਸਾਰਾ ਨਵਾਂ ਹੋਇਆ ਵਾ। ਇਹ ਜਿਸ ਦੋਸਤ ਭਰਾ ਨੇ ਵੀ ਲੈਣੀ ਆ, ਇਹਦੇ ਉੱਤੇ ਬਾਡੀ ਬਣਾਵੇ ਜਾਂ ਫੱਟਾ ਰੱਖੇ, ਜਾਂ ਜਿਸ ਮਕਸਦ ਕੰਟੇਨਰ ਵਾਲੀ ਟਰਾਲੀ ਬਣਾ ਕੇ ਉਹ ਇਹਨੂੰ ਚਲਾਉਣਾ ਚਾਹੁੰਦਾ ਜਾਂ ਕੰਟੇਨਰ ਰੱਖ ਕੇ, ਉਹ ਤਾਂ ਫਿਰ ਹਰ ਕਿਸੇ ਦੀ ਆਪਣੀ ਮਰਜ਼ੀ ਆ, ਜਿਸ ਹਿਸਾਬ ਨਾਲ ਵੀ ਇਹਦੇ ਕੋਲ ਜਿਹੜਾ ਕੰਮ 'ਚ ਵੀ ਇਹਨੂੰ ਇਸਤੇਮਾਲ ਕਰਨਾ ਚਾਹੇ ਹੋ ਜਾਏਗਾ। ਲੇਕਿਨ ਗੱਡੀ ਬੜੀ ਪਿਆਰੀ ਔਰ ਅੱਛੀ ਆ। ਇੰਜਨ ਗੇਅਰ ਜਿਹੜਾ ਗੇਅਰ ਅਤੇ ਹਿੱਸਾ ਉਹ ਟਰਾਈ 'ਤੇ ਉਹ ਚੈੱਕ ਕਰ ਸਕਦਾ ਵਾ, ਬੇ ਆਵਾਜ਼ ਦਾ ਕਾਗਜ਼ਾਤ ਇਹਦਾ ਫੌਜੀ ਫਰੇਮ ਆ ਇਹ, ਅਤੇ ਕਾਗਜ਼ ਵੀ ਗੱਡੀ ਦੇ ਕਲੀਅਰ ਆ, ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਨਹੀਂ, ਨਾ ਕਾਗਜ਼ਾਂ 'ਚ ਨਾ ਗੱਡੀ 'ਚ, ਅਤੇ ਕੰਮ ਸਾਰਾ ਨਵਾਂ ਹੋਇਆ। ਟਰਾਈ ਕਰਕੇ ਗੱਡੀ ਪਹਿਲੇ ਚੈੱਕ ਕਰੇ, ਕਾਗਜ਼ਾਤ ਚੈੱਕ ਕਰੇ, ਅਤੇ ਫਿਰ ਉਹ ਸਾਡੇ ਨਾਲ ਇਹਦੀ ਡੀਲ ਜਿਹੜਾ ਬੰਦਾ ਵਿੱਚ ਆਵੇ ਉਹ ਕਰ ਸਕਦਾ ਵਾ। ਅਤੇ ਗੱਡੀ ਦੀ ਜਿਹੜੀ ਡਿਮਾਂਡ ਆ ਉਹ ਭਜਨ ਗੱਡੀ ਦੀ ਡਿਮਾਂਡ ਜਿਹੜੀ ਆ ਉਹ ਹੈਗੀ ਆ
18 ਲੱਖ ਰੁਪਈਆ, ਬਾਕੀ ਇਹਦੇ 'ਚ ਕਮੀ ਪੇਸ਼ੀ ਵੀ ਹੋ ਜਾਏਗੀ ਮੌਕੇ 'ਤੇ, 18 ਲੱਖ ਰੁਪਈਆ ਡਿਮਾਂਡ ਆ ਇਹਦੀ। ਅਗਰ ਇਹਦੇ 'ਤੇ ਫੱਟਾ ਬਣਾਓ ਤਾਂ ਈਜ਼ੀਲੀ ਉਹ ਥੋੜ੍ਹੇ ਪੈਸਿਆਂ ਦਾ ਬਣ ਜਾਂਦਾ ਵਾ, ਉਹ ਬਣਾ ਕੇ ਆਪਣਾ ਬੋਤਲਾਂ 'ਤੇ ਵੀ ਲਾ ਸਕਦਾ ਬੰਦਾ, ਜਾਂ ਜੀ ਇਸ ਮਕਸਦ 'ਚ ਵੀ ਇਹਨੂੰ ਬਾਡੀ 'ਤੇ ਜਿੱਦਾਂ ਚਲਾਉਣਾ ਚਾਹੇ ਉਹ ਇਹਨੂੰ ਲੈ ਕੇ ਚਲਾ ਸਕਦਾ ਵਾ। ਅਤੇ ਦੂਸਰੀ ਗੱਡੀ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਵਾਂ, ਇਹ ਵੀ ਬੈਡਫੋਰਡ ਟਰੱਕ ਆ। ਕਾਫੀ ਸਾਰੇ ਦੋਸਤਾਂ ਦੀ ਡਿਮਾਂਡ ਆ ਰਹੀ ਸੀ, ਮੈਸੇਜ ਆ ਰਹੇ ਸੀ ਵੀ ਯਾਰ ਸਾਨੂੰ ਨਾ ਕੋਈ ਅੱਛੀ ਬੈਡਫੋਰਡ ਤਿਆਰ ਹੋਈ ਜਿਹੜੀ ਇਹਨਾਂ ਜਪਾਨੀ ਗੇਅਰ ਇੰਜਣ ਦੇ ਵਿੱਚ ਹੋਵੇ, ਅਤੇ ਉਹ ਗੱਡੀ ਸਾਨੂੰ ਚਾਹੀਦੀ ਆ। ਅਤੇ ਇਹ ਜਿਹੜੀ ਗੱਡੀ ਬੈਡਫੋਰਡ ਆ, ਇਹਦਾ ਗਿਲਗਿਤ ਦਾ ਨੰਬਰ ਆ, ਅਤੇ ਇਹਦੀ ਜਿਹੜੀ ਬੜੀ ਪਿਆਰੀ ਗੱਡੀ ਆ, ਪਹਿਲੇ ਤੁਹਾਨੂੰ ਗੱਡੀ ਚੈੱਕ ਕਰਾਉਂਦੇ ਹਾਂ, ਗੱਡੀ ਤੁਸੀਂ ਦੇਖ ਲਓ, ਬੈਡਫੋਰਡ ਗੱਡੀ ਆ, ਜਪਾਨੀ ਹਿੱਸਿਆਂ ਦੇ ਵਿੱਚ ਆ, ਅਤੇ ਬਾਕੀ ਇਹਦੀ ਫਿਰ ਜਿਹੜੀ ਤਫਸੀਲ ਨਾਲ ਸਾਰੀ ਗੱਲ ਆ ਉਹ ਤੁਹਾਨੂੰ ਮੈਂ ਸ਼ੇਅਰ ਕਰਦਾ ਵਾਂ, ਇਹਦਾ ਮਾਡਲ ਵੀ ਅਤੇ ਇਹਦੀ ਸਾਰੀ ਜਿਹੜੀ ਵੀ ਪੋਜੀਸ਼ਨ ਆ ਤੁਹਾਨੂੰ ਸ਼ੇਅਰ ਕਰਦੇ ਹਾਂ। ਆਓ ਪਹਿਲਾਂ ਗੱਡੀ ਚੈੱਕ ਕਰਦੇ ਹਾਂ। ਬੈਡਫੋਰਡ ਗੱਡੀ ਆ, 1975 ਮਾਡਲ ਆ, ਗਿਲਗਿਤ ਦਾ ਨੰਬਰ ਆ, ਕਾਗਜ਼ਾਤ ਗੱਡੀ ਦੇ ਸਾਰੇ ਕਲੀਅਰ ਆ, ਬਾਡੀ ਇਹਦੀ ਮੁਲਤਾਨੀ ਆ, ਡੈਕੋਰੇਸ਼ਨ ਵੀ ਹੋਈ ਆ, ਵੀਡੀਓ 'ਚ ਤੁਸੀਂ ਦੇਖ ਲਈ ਆ। ਜਿਹੜੇ ਇਹਦਾ ਗੇਅਰ ਆ ਉਹ ਇਹਨੂੰ ਸੀਜ਼ੋ ਦਾ ਲੱਗਾ, ਪਿੱਛੇ ਟੂਪ ਵੀ ਸੀਜ਼ੋ ਦੀ ਆ, ਅੱਗੇ ਧੜੀ ਜਿਹੜੀ ਆ ਉਹ ਵੀ ਸੀਜ਼ੋ ਦੀ ਆ। ਇੰਜਣ ਇਹਦਾ ਆਪਣਾ ਬੈਡਫੋਰਡ ਦਾ ਵਾ, ਇੰਜਣ ਇਹਦਾ ਓਕੇ ਦੀ ਆਵਾਜ਼ ਆ, ਇੰਜਣ 'ਚ ਕੋਈ ਕਿਸੇ ਕਿਸਮ ਦਾ ਮਸਲਾ ਮਸਾਇਲ ਨਹੀਂ ਹੈਗਾ। ਬਾਕੀ ਵੀਡੀਓ 'ਚ ਗੱਡੀ ਤੁਸੀਂ ਦੇਖ ਲਈ ਆ, ਅਗਰ ਕਿਸੇ ਦੋਸਤ ਭਰਾ ਨੇ ਗੱਡੀ ਲੈਣੀ ਹੋਵੇ, ਟਾਇਰ ਗੱਡੀ ਦੇ ਅੱਛੇ ਆ, ਗੇਅਰ ਹਿੱਸਾ ਬੇ ਆਵਾਜ਼ ਆ, ਟਰਾਈ 'ਤੇ ਚੈੱਕ ਕਰ ਸਕਦਾ ਵਾ। ਅਤੇ ਅਗਰ ਕਿਸੇ ਦੋਸਤ ਭਰਾ ਨੇ ਗੱਡੀ ਲੈਣੀ ਹੋਵੇ, ਸਾਡੇ ਨਾਲ ਰਾਬਤਾ ਕਰੇ ਅਤੇ ਅਸੀਂ ਇਹ ਗੱਡੀ ਉਹਨੂੰ ਚੈੱਕ ਕਰਵਾ ਦਿਆਂਗੇ। ਗੱਡੀ ਦੀ ਜਿਹੜੀ ਡਿਮਾਂਡ ਆ ਉਹ ਹੈਗੀ ਆ 25 ਲੱਖ ਰੁਪਈਆ, ਮੌਕੇ 'ਤੇ ਕੋਈ ਥੋੜ੍ਹੀ ਬਹੁਤੀ ਕਮੀ ਪੇਸ਼ੀ ਇਹਦੇ 'ਚ ਹੋ ਜਾਏਗੀ। 25 ਲੱਖ ਰੁਪਈਆ ਡਿਮਾਂਡ ਆ। ਗੱਡੀ ਤੁਸੀਂ ਵੀਡੀਓ 'ਚ ਦੇਖ ਲਈ ਆ, ਅਗਰ ਇਸ ਗੱਡੀ ਦੇ ਬਾਰੇ 'ਚ ਕਿਸੇ ਦੋਸਤ ਭਰਾ ਨੇ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਤਾਂ ਉਹ ਵੀ ਸਾਡੇ ਕੋਲੋਂ ਪੁੱਛ ਸਕਦਾ ਵਾ। ਕਿਸੇ ਨੇ ਹੋਰ ਕੋਈ ਗੱਡੀ ਲੈਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਰਾਬਤਾ ਕਰਕੇ ਗੱਡੀ
ਲੈ ਸਕਦਾ ਵਾ, ਕਿਸੇ ਨੇ ਕੋਈ ਗੱਡੀ ਸੇਲ ਕਰਨੀ ਹੋਵੇ ਤਾਂ ਉਹ ਵੀ ਸਾਡੇ ਨਾਲ ਰਾਬਤਾ ਕਰ ਸਕਦਾ ਵਾ, ਕਿਸੇ ਨੇ ਕੋਈ ਮਾਲੂਮਾਤ ਕਿਸੇ ਦੋਸਤ ਨੂੰ ਚਾਹੀਦੀ ਹੋਵੇ ਕਿਸੇ ਕਿਸਮ ਦੇ ਗੱਡੀ ਦੇ ਬਾਰੇ 'ਚ ਜਾਂ ਜੋ ਵੀ ਟਰਾਂਸਪੋਰਟ ਦੇ ਬਾਰੇ 'ਚ, ਤਾਂ ਉਹ ਵੀ ਸਾਡੇ ਨਾਲ ਮਸ਼ਵਰਾ ਕਰ ਸਕਦਾ ਵਾ। ਹੁਣ ਜਿਹੜੀ ਗੱਡੀ ਇੱਕ ਤੁਹਾਨੂੰ ਮੈਂ ਹੋਰ ਚੈੱਕ ਕਰਾਉਂਦਾ ਵਾਂ, ਉਹ ਗੱਡੀ ਵੀ ਬੈਡਫੋਰਡ ਹੀ ਆ, ਲੇਕਿਨ ਉਹ ਗੱਡੀ ਹੈਗੀ ਆ ਕੰਟੇਨਰ ਟਰਾਲੀ ਦੇ ਅੰਦਰ। ਕਾਫੀ ਸਾਰੇ ਦੋਸਤ ਕਹਿੰਦੇ ਯਾਰ ਕੋਈ ਕਮ ਬਜਟ ਦੇ ਵਿੱਚ ਬੈਡਫੋਰਡ ਹੋਵੇ ਜਿਹਦੇ ਉੱਤੇ 20 ਫੁੱਟਾ 20 ਜਿਹੜੀ ਆ 20 ਫੁੱਟਾ ਕੰਟੇਨਰ ਆ ਜਾਵੇ, ਅਤੇ ਉਹ ਅਸੀਂ ਵੀ ਕੰਟੇਨਰ ਦੇ ਲੈਨ 'ਤੇ ਚਲਾਉਣਾ ਚਾਹੁੰਦੇ ਹਾਂ, ਥੋੜ੍ਹੇ ਬਹੁਤੇ ਹਲਕੇ ਫੁਲਕੇ ਵਜ਼ਨ 'ਤੇ ਰੋਜ਼ੀ ਅੱਛੀਆਂ ਕਰ ਰਹੀਆਂ ਗੱਡੀਆਂ ਇੱਧਰੋਂ ਨੈਸਲੇ 'ਚੋਂ ਮਾਲ ਲੋਡ ਕਰਕੇ ਜਾਂਦੇ ਆ, ਉੱਧਰੋਂ ਵੀ ਕੋਈ ਨਾ ਕੋਈ ਮਾਲ ਪਾ ਕੇ ਆ ਜਾਂਦੇ ਆ, ਰੋਜ਼ੀ ਅੱਛੀ ਕਰਦੀਆਂ ਵਾਂ, ਕੰਟੇਨਰ 'ਤੇ ਚਲਾ ਰਹੇ ਆ। ਅਤੇ ਗੱਡੀ ਤੁਹਾਨੂੰ ਪਹਿਲਾਂ ਚੈੱਕ ਕਰਾਉਂਦੇ ਹਾਂ, ਹੈ ਬੈਡਫੋਰਡ ਆ, 20 ਕੰਟੇਨਰ ਵਾਲੀ ਆ, 20 ਫੁੱਟੀ ਟਰਾਲੀ ਬਣੀ ਹੋਈ ਆ। ਪਹਿਲਾਂ ਗੱਡੀ ਚੈੱਕ ਕਰਦੇ ਹਾਂ, ਫਿਰ ਗੱਡੀ ਦੇ ਮਾਡਲ 'ਤੇ ਅਤੇ ਇਹਦੀ ਡਿਮਾਂਡ 'ਤੇ ਗੱਲ ਕਰਦੇ ਹਾਂ। ਆਓ ਗੱਡੀ ਦੇਖਦੇ ਹਾਂ। ਬੈਡਫੋਰਡ ਗੱਡੀ ਆ, 1965 ਮਾਡਲ ਆ, ਅਤੇ ਕਾਗਜ਼ਾਤ ਗੱਡੀ ਦੇ ਕਲੀਅਰ ਆ, ਸਿਨ ਦਾ ਨੰਬਰ ਆ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ। ਇਹਦਾ ਇੰਜਣ ਵੀ ਆਪਣਾ ਬੈਡਫੋਰਡ ਦਾ ਵਾ, ਗੇਅਰ ਬੈਡਫੋਰਡ ਵਾਲਾ, ਪਿੱਛੇ ਟੂਬ ਅੱਗੇ ਧੜੀ ਵੀ ਮੁਕੰਮਲ ਗੱਡੀ ਬੈਡਫੋਰਡ ਆ, ਧੜੀ ਜਿਹੜੀ ਪਿੱਛੇ ਉਹ ਵੱਡੀ ਪਈ ਹੋਈ ਆ, ਇਹਨੂੰ ਟੂਬ ਜਿਹੜੀ ਆ ਉਹ ਜਪਾਨੀ ਲੱਗੀ ਹੋਈ ਆ, ਬਾਕੀ ਜਿਹੜੀ ਗੱਡੀ ਸਾਰੀ ਬੈਡਫੋਰਡ ਆ। ਅਤੇ ਇਹਦਾ ਜਿਹੜਾ ਵਾ ਕੰਟੇਨਰ ਵਾਲੀ ਟਰਾਲੀ ਇਹਦੇ ਪਿੱਛੇ ਬਣੀ ਹੋਈ ਆ, ਉਹ ਤਾਂ ਵੀਡੀਓ 'ਚ ਤੁਸੀਂ ਦੇਖ ਰਹੀ ਆ, ਲੇਕਿਨ ਇਹ ਕੰਟੇਨਰ ਤੋਂ ਬਗੈਰ ਆ। ਕਾਫੀ ਸਾਰੇ ਦੋਸਤਾਂ ਦੇ ਫਿਰ ਮੈਸੇਜ ਆਉਂਦੇ ਆ ਵੀ ਭਾਈ ਜਾਨ ਇਹ ਗੱਡੀ ਦੇ ਨਾਲ ਕੰਟੇਨਰ ਗੱਡੀ ਦੇ ਨਾਲ ਆ ਜਾਂ ਨਹੀਂ। ਭਾਈ ਜਾਨ ਇਹ ਗੱਡੀ ਦੇ ਉੱਤੇ ਜਿਹੜਾ ਕੰਟੇਨਰ ਤੁਸੀਂ ਵੀਡੀਓ 'ਚ ਦੇਖਿਆ ਵਾ, ਇਹ ਕੰਟੇਨਰ ਕਿਰਾਏ ਦਾ ਵਾ। ਅਗਰ ਕੋਈ ਦੋਸਤ ਕਿਰਾਏ ਦਾ ਕੰਟੇਨਰ ਲੈਣਾ ਚਾਹੇ ਤਾਂ ਉਹਨੂੰ ਈਜ਼ੀਲੀ ਕੰਟੇਨਰ ਮੁਲਤਾਨ ਜਾਂ ਇੱਦਾਂ ਆਪਣਾ ਅੱਲਾ ਦਾ ਡੱਬਾ ਲੱਗ ਰਹੇ ਲਾਹੌਰ ਤੋਂ ਆਪਣਾ ਮੋਹਨਣਵਾਲ ਦੇ ਕੋਲ ਬਹੁਤ ਸਾਰੇ ਟਰਮੀਨਲ ਆ, ਉੱਥੋਂ ਕੰਟੇਨਰ ਕਿਰਾਏ 'ਤੇ ਕੈਰੀ 'ਤੇ ਮਿਲ ਜਾਂਦਾ ਵਾ। ਕੁਛ 6-7 ਹਜ਼ਾਰ 8 ਹਜ਼ਾਰ ਕਿਰਾਇਆ ਸੀ ਪਹਿਲੇ, ਲੇਕਿਨ ਹੁਣ ਥੋੜ੍ਹੇ ਕਿਰਾਏ ਵੱਧ ਗਏ ਆ, ਅਤੇ ਉਹ ਐਗਰੀਮੈਂਟ ਤੁਹਾਨੂੰ ਉੱਥੇ ਕੋਈ ਗਰੰਟੀ ਵਗੈਰਾ ਦੇ ਕੇ ਅਤੇ ਕੰਟੇਨਰ ਤੁਹਾਨੂੰ ਕਿਰਾਏ 'ਤੇ ਮਿਲ ਜਾਏਗਾ, ਤੁਸੀਂ ਕਿਸੇ ਵੀ ਗੱਡੀ 'ਤੇ ਆਪਣਾ ਰੱਖ ਸਕਦੇ ਹਾਂ। ਅਤੇ ਜਿਸ ਪਾਰਟੀ ਕੋਲ ਗੱਡੀ ਆ, ਅਗਰ ਉਹਨਾਂ ਨਾਲ ਤੁਸੀਂ ਗੱਲ ਕਰਕੇ ਕੰਟੇਨਰ ਵੀ ਕਿਰਾਏ 'ਤੇ ਇਵੇਂ ਹੀ ਲੈਣਾ ਚਾਹੋ ਤਾਂ ਉਹ ਪਿਛਲੀ ਪਾਰਟੀ ਨਾਲ ਤੁਹਾਡਾ ਰਾਬਤਾ ਕਰਾ ਦੇਵਾਂਗੇ, ਅਤੇ ਉਹ ਫਿਰ ਤੁਸੀਂ ਇਹ ਕੰਟੇਨਰ ਵੀ ਕਿਰਾਏ 'ਤੇ ਐਵੇਂ ਚਲਾ ਸਕਦੇ ਹਾਂ। ਲੇਕਿਨ ਕੰਟੇਨਰ ਤੋਂ ਬਗੈਰ ਗੱਡੀ ਆ, ਮਾਡਲ ਇਹਦਾ ਤੁਹਾਨੂੰ ਦੱਸ ਦਿੱਤਾ, ਗੱਡੀ ਦੀ ਕੰਡੀਸ਼ਨ ਦੱਸ ਦਿੱਤੀ, ਗੱਡੀ ਵੀਡੀਓ 'ਚ ਤੁਸੀਂ ਦੇਖ ਲਈ ਆ, ਟਾਇਰ ਗੱਡੀ ਦੇ ਅੱਛੇ ਆ, ਇੰਜਣ ਵੀ ਗੱਡੀ ਦਾ ਠੀਕ ਆ, ਅਤੇ ਗੇਅਰ ਹਿੱਸਾ ਤੁਸੀਂ ਟਰਾਈ 'ਤੇ ਚੈੱਕ ਕਰ ਲੈਣਾ ਵਾ, ਹਰ ਕਿਸਮ ਦੀ ਗਰੰਟੀ ਹੋਏਗੀ। ਅਤੇ ਗੱਡੀ ਦੀ ਡਿਮਾਂਡ ਆ, ਇਹਦੀ ਜਿਹੜੀ ਡਿਮਾਂਡ ਤੁਹਾਨੂੰ ਹੁਣ ਮੈਂ ਦੱਸਣ ਲੱਗਾ ਵਾਂ, ਉਹ ਡਿਮਾਂਡ ਬੜੀ ਮੁਨਾਸਿਬ ਆ, 16 ਲੱਖ ਰੁਪਈਆ ਡਿਮਾਂਡ ਆ ਗੱਡੀ ਦੀ। ਅਗਰ ਕੋਈ ਦੋਸਤ ਭਰਾ ਲੈਣਾ ਚਾਹੇ ਤਾਂ ਥੋੜ੍ਹੀ ਬਹੁਤੀ ਇਹਦੇ 'ਚ ਕਮੀ ਪੇਸ਼ੀ ਵੀ ਹੋ ਜਾਏਗੀ। ਗੱਡੀ ਠੀਕ ਆ ਰੋਜ਼ੀ ਵਾਸਤੇ। ਕੰਟੇਨਰ ਵਾਲੀ ਟਰਾਲੀ 'ਚ ਕਾਫੀ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਸੀ ਵੀ ਯਾਰ ਭਾਈ ਜਾਨ ਕੰਟੇਨਰ ਵਾਲੀ ਟਰਾਲੀ 'ਚ ਕੋਈ ਗੱਡੀ ਹੋਵੇ ਤਾਂ ਅਸੀਂ ਲੈਣਾ ਚਾਹੁੰਦੇ ਹਾਂ, ਬੈਡਫੋਰਡ ਹੋਵੇ ਉੱਤੇ ਕੰਟੇਨਰ ਹੋਵੇ ਉਹਦੇ 20 ਫੁੱਟਾ, ਅਤੇ ਇਹ ਉਹ 20 ਫੁੱਟੀ ਗੱਡੀ ਆ, ਦੂਸਰੀ ਬਾਡੀ ਵਾਲੀ ਆ, ਇੱਕ ਮਜ਼ਦਾ। ਤਿੰਨੇ ਗੱਡੀਆਂ ਤੁਹਾਨੂੰ ਚੈੱਕ ਕਰਾਈਆਂ ਵਾਂ, ਇਹਨਾਂ ਤਿੰਨਾਂ ਗੱਡੀਆਂ ਦੇ ਬਾਰੇ 'ਚ ਸਾਰੀ ਮਾਲੂਮਾਤ ਮੈਂ ਦੇ ਦਿੱਤੀ। ਅਗਰ ਕੋਈ ਗੱਲਬਾਤ ਰਹਿ ਗਈ ਹੋਵੇ ਮੈਂ ਤੁਹਾਨੂੰ ਨਾ ਦੱਸ ਸਕਾਂ ਅਤੇ ਨਹੀਂ ਦੱਸ ਸਕਿਆ,
ਉਹ ਤੁਸੀਂ ਖੁਦ ਵੀ ਮੈਸੇਜ ਕਰਕੇ ਮੈਨੂੰ ਵਟਸਐਪ 'ਤੇ ਮੇਰੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਲੈ ਸਕਦੇ ਹੋ। ਅਤੇ ਇਨਸ਼ਾਅੱਲਾ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ, ਅਤੇ ਜੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਓ। ਅਤੇ ਇਨਸ਼ਾਅੱਲਾ ਨੈਕਸਟ ਟਾਈਮ ਨਵੀਆਂ ਗੱਡੀਆਂ ਅਤੇ ਨਵੀਂ ਵੀਡੀਓ 'ਚ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਤੇ ਅੱਲਾਹ ਹਾਫਿਜ਼।